ਵਰਮ ਦੀਆਂ ਕਿੰਨੀਆਂ ਸੰਗ ਹੈ ਦੱਸੋ ਵਰਮ ਦੀਆਂ ਕੀ ਸੰਗ ਜੀ ਦਰਦ ਜੀ ਸੁਰਖੀ ਹਾਂ ਸ਼ਾਬਾਸ਼ ਕੀ ਸੋਜ਼ਸ਼ ਸੋਜ਼ ਉਬਾਰ ਉਬਾਰ ਹਾਂਜੀ ਉਹ ਜੀ ਹਰਾਰਤ ਵੀ ਹੈ ਸੁਰਖੀ ਵੀ ਹੈ ਉਬਾਰ ਦਰਦ ਵੀ ਹੈ ਉਬਾਰ ਵਰਮ ਹੋਇਆ ਉਬਾਰ ਨੂੰ ਹੀ ਵਰਮ ਕਹਿਣਾ ਨਾ ਵਰਮ ਨਾ ਹੀ ਉਬਾਰ ਦਾ ਲੇਕਿਨ ਜਿਹੜਾ ਅਸਲੀ ਵਰਮ ਹੈਗਾ ਵਰਮ ਤਿੰਨ ਕਿਸਮ ਦੇ ਜਿਹੜਾ ਅਸਲੀ ਵਰਮ ਅਸੀਂ ਮੁਰਾਦ ਲੈਂਦੇ ਹਾਂ ਉਹ ਕੀ ਹੈ ਜਿਹਦੇ 'ਚ ਸੁਰਖੀ ਹੈ ਜਿਹਦੇ 'ਚ ਹਰਾਰਤ ਹੈ ਜਿਹਦੇ 'ਚ ਦਰਦ ਹੈਗੀ ਜਿਹਦੇ 'ਚ ਖੂਨ ਦਾ ਬਹਾਅ ਉੱਥੇ ਤੇਜ਼ ਹੋ ਜਾਂਦਾ ਪੰਜ ਚੀਜ਼ਾਂ ਹਨ ਵੱਡੀਆਂ ਵੱਡੀਆਂ ਅੱਛਾ ਜੀ ਫਿਰ ਇੱਕ ਉਹਦੇ 'ਚ ਬੁਖਾਰ ਵੀ ਹੈ ਬੁਖਾਰ ਆ ਜਾਂਦਾ ਆਖਰੀ ਇੱਕ ਹੋਰ ਵੀ ਹੈਗੀ ਹੈ ਉਹਨਾਂ ਉਹ ਦੱਸਿਆ ਉਹ ਪਾਸੇ ਜਿਹਨੂੰ ਜਿੱਦਾਂ ਅਸੀਂ ਕਹਿ ਦਿੰਦੇ ਪੀਕ ਕਹਿ ਦਿੰਦੇ ਹਾਂ ਤੁਸੀਂ ਵੇਖਿਆ ਹੋਣਾ ਜਦੋਂ ਪੀਕ ਬਣਦੀ ਹੈ ਫਿਰ ਵਰਮ ਉਦੋਂ ਹੀ ਨਰਮ ਹੁੰਦਾ ਉਦੋਂ ਹੀ ਮਲਈਨ ਹੁੰਦਾ ਉਦੋਂ ਹੀ ਉਹ ਇੰਤਹਾ 'ਤੇ ਪਹੁੰਚਦਾ ਉਦੋਂ ਹੀ ਫਿਰ ਇਨਹਤਾਤ ਵਾਕਿਆ ਹੋ ਜਾਂਦਾ ਇੰਤਹਾ 'ਤੇ ਪਹੁੰਚਿਆ ਫਿਰ ਹੀ ਹੁੰਦਾ ਇਨਹਤਾਤ ਵਾਕਿਆ ਹੁਣ ਜਦੋਂ ਪੀਪ ਪਈ ਜਿੰਨਾ ਚਿਰ ਪੀਪ ਨਹੀਂ ਪੈਂਦੀ ਉਹਦੇ 'ਚ ਜਮ੍ਹਾਂ ਨਹੀਂ ਹੁੰਦੀ ਉਦੋਂ ਤੱਕ ਪਹਿਲਾਂ ਥੋੜ੍ਹੀ ਥੋੜ੍ਹੀ ਜਮ੍ਹਾਂ ਹੁੰਦੀ ਉਹ ਕੀ ਜਿਹੜੀ ਉਹ ਸਕ੍ਰੀਸ਼ਨ ਤੁਸੀਂ ਕਿਹਾ ਸੀਗਾ ਸਕ੍ਰੀਸ਼ਨ ਕਿਹਾ ਸੀ ਨਾ ਕਿ ਉਹ ਤਰਛਾ ਪਾਉਂਦੀ ਜਦੋਂ ਉੱਥੇ ਕਿਤੇ ਚੋਲ ਲੱਗਦੀ ਜਾਂ ਸੋਜਿਸ਼ ਆਉਂਦੀ ਜਾਂ ਕੋਈ ਮੁਹਰਕ ਚੀਜ਼ ਜਾਂ ਕੋਈ ਮੁਹੱਈਅਤ ਚੀਜ਼ ਅਸਰ ਅੰਦਾਜ਼ ਹੁੰਦੀ ਕਿਸੇ ਜਗ੍ਹਾ 'ਤੇ ਉੱਥੇ ਫਿਰ ਖੂਨ ਦਾ ਦੌਰਾਨ ਤੇਜ਼ ਹੁੰਦਾ ਹੈ ਅਤੇ ਖੂਨ ਦੇ ਵਿੱਚ ਵਾਈਟ ਬਲੱਡ ਸੈੱਲ ਨੇ ਉਸ ਜ਼ਿਆਦਾ ਜਮ੍ਹਾਂ ਹੁੰਦੇ ਸੁਰਖ ਵੀ ਆਉਂਦੇ ਨੇ ਵਾਈਟ ਵੀ ਆਉਂਦੀ ਸੁਰਖੀ ਨਾ ਸੁਰਖ ਜ਼ਰਾਤ ਨਾਲ ਉੱਥੇ ਸੁਰਖੀ ਜਮ੍ਹਾਂ ਹੋ ਜਾਂਦੀ ਹਰਾਰਤ ਜਮ੍ਹਾਂ ਹੋ ਜਾਂਦੀ ਗਰਮੀ ਪੈਦਾ ਹੋ ਜਾਂਦੀ ਵਾਈਟ ਬਲੱਡ ਸੈੱਲ ਜਿਹੜੇ ਨੇ ਉੱਥੇ ਜਿਹੜੇ ਉਹ ਜੋ ਚੋਟ ਹੈ ਨਾ ਉਹਨੂੰ ਅਮੈਂਡ ਕਰਨ ਲੱਗ ਪੈਂਦੇ ਉੱਥੇ ਉਹ ਵੀ ਜਮ੍ਹਾਂ ਹੁੰਦੇ ਉਹੀ ਵਾਈਟ ਸੈੱਲ ਜਿਹੜੇ ਨੇ ਉਹਨਾਂ ਹੀ ਜਮ੍ਹਾਂ ਹੋ ਕੇ ਪੀਕ ਬਣ ਜਾਣਾ ਫਿਰ ਯਾਨੀ ਕਿ ਇਬਤਦਾ ਤੋਂ ਲੈ ਕੇ ਆਖਰ ਤੱਕ ਵਰਮ ਦੇ ਆਖਰ ਫਟਣ ਤੱਕ ਪੀਪ ਦਾ ਅਮਲ ਕਰੇਗਾ ਜੇ ਪਹਿਲਾਂ ਥੋੜ੍ਹੀ ਕਿਸੇ ਸ਼ਕਲ ਹੋਰ ਸੀ ਹੁਣ ਉਹ ਪੀਪ ਦੀ ਸ਼ਕਲ ਬਣੀ ਜਦੋਂ ਪੀਪ ਦੀ ਸ਼ਕਲ ਬਣੀ ਹੈ ਤਾਂ ਉਦੋਂ ਤੁਹਾਡੀ ਦਰਦ ਨਹੀਂ ਹੋਣੀ ਵਰਮ ਨੇ ਉਦੋਂ ਸਕੂਨ 'ਚੋਂ ਆ ਜਾਣਾ ਉਦੋਂ ਫਟਣ 'ਤੇ ਵੀ ਆ ਜਾਣਾ ਭਾਵੇਂ ਉਹਨੇ ਨਸ਼ਤਰ ਮਾਰ ਕੇ ਆਪ ਹੀ ਵਗਾ ਦੇ ਕਦੀ ਆਪੇ ਹੀ ਫਟ ਜਾਣਾ ਰੱਦ ਘਰ ਘੋੜੇ ਵੀ ਨਿਕਲ ਪੈਂਦੇ ਨੇ ਤੁਹਾਨੂੰ ਪਤਾ ਹੋਏਗਾ ਜੀ ਇੱਥੇ ਨਿਕਲ ਪਿਆ ਘੋੜਾ ਆਪੇ ਹੀ ਫਟ ਪੈਂਦਾ ਬਣ ਜਾਂਦਾ ਵਗਣ ਦੇ ਉਹਨੂੰ ਵਗਾਉਣਾ ਹੈ ਫਿਰ ਉਹ ਨਾਲ ਸੰਭਾਲਣਾ ਵੀ ਹੈ ਇਹ ਵੀ ਹੁੰਦੀ ਕਾਲ ਕਿਸਮ ਦੀ ਪੀਕ ਹੁੰਦੀ ਹੈ ਜੇ ਉੱਥੇ ਜਮ੍ਹਾਂ ਰਹੇ ਤਾਂ ਉਹਨੇ ਖਾਣ ਵੀ ਲੱਗ ਪੈਣਾ ਉਹਨੂੰ ਸਫਾਈ ਕਰਨਾ ਫਿਰ ਇਹ ਵੀ ਹੈ ਉਹ ਦੂਸਰੀ ਜਗ੍ਹਾ ਸਹੀ ਜਗ੍ਹਾ ਲੱਗੀ ਉਹਨੂੰ ਵੀ ਉਹਨੇ ਲੱਗਣਾ ਜਿਹੜੀ ਅਸੀਂ ਤੇਜ਼ਾਬੀਅਤ ਆ ਜਾਂਦੀ ਲਿਆਦਾ ਉਹਨੂੰ ਵੀ ਅਸੀਂ ਸਫਾਈ ਕਰਨੀ ਇਹ ਫਿਰ ਜਰਾਹ ਦਾ ਕੰਮ ਹੈ ਇਹ ਫਿਰ ਤਬੀਬ ਦਾ ਕੰਮ ਹੈ ਜਿਹੜਾ ਸ਼ੋਭੇ ਕਰਨ ਤੱਕ ਹੈ ਉਹਨੂੰ ਪੂਰਾ ਅਲਰਟ ਰਹਿਣਾ ਪਏਗਾ ਅਤੇ ਇਹ ਪੀਪ ਦਾ ਦੱਸਿਆ ਹੈਗਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਇਹ ਵੀ ਵਰਮ ਦੀ ਇੱਕ ਨਾਲ ਉਹਦਾ ਵੀ ਹਿੱਸਾ ਹੈ ਦੂਸਰੇ ਵਰਮ ਤੁਹਾਨੂੰ ਦੱਸਿਆ ਇੱਕ ਸਕੂਨੀ ਵਰਮ ਇੱਕ ਤਹਿਲੀਲੀ ਵਰਮ ਸਕੂਨ ਦਾ ਵਰਮ ਹੈ ਉੱਥੇ ਰਤੂਕਤਾਂ ਜਮ੍ਹਾਂ ਹੋ ਜਾਣਾ ਅਤੇ ਉੱਥੇ ਗਰਮੀ ਸ਼ਰਮੀ ਦਾ ਕੋਈ ਚੱਕਰ ਨਹੀਂ ਹੈਗਾ ਦਰਦ ਵੀ ਨਹੀਂ ਸ਼ਾਇਦ ਹੋਵੇ ਅਤੇ ਦਰਦ ਵੀ ਨਹੀਂ ਦੱਸ ਇਸ ਤਰ੍ਹਾਂ ਤਹਿਲੀਲੀ ਵਰਮ ਹੈ ਜਿਵੇਂ ਪੇਟ 'ਚ ਪਾਣੀ ਆ ਜਾਂਦਾ ਪਾਣੀ ਜਮ੍ਹਾਂ ਹੋ ਗਿਆ ਤਹਿਲੀਲ ਹੋ ਗਈ ਉਸ ਤੋਂ ਬਾਅਦ ਉੱਥੇ ਵੀ ਦਰਦ ਨਹੀਂ ਪੇਟ 'ਚ ਜਿੱਥੇ ਪਾਣੀ ਆ ਉਹ ਫਿਰ ਦਰਦ ਉਹ ਨਹੀਂ ਹੁੰਦੇ ਉਸ ਤਰ੍ਹਾਂ ਔਖਾ ਹੋ ਜਾਂਦਾ ਸਾਹ ਲੈਣ 'ਚ ਉਹ ਹਾਏ ਹੋਏ ਕੋਈ ਨਹੀਂ ਕਰਦਾ ਦੇਖਿਆ ਉੱਥੇ ਕੀ ਆ ਹਿਸਾਬ ਸਕੂਨ ਪਿਆ ਅਤੇ ਇਸ ਤਰ੍ਹਾਂ ਹੀ ਹਿਸਾਬੀ ਹੋਇਆ ਤਸਕੀਨ ਦਾ ਹੋਇਆ ਉੱਥੇ ਵੀ ਸਮਾਨ ਸਕੂਨ ਪਿਆ ਉੱਥੇ ਵੀ ਜਿੱਥੇ ਤਹਿਰੀਕ ਹੈਗੀ ਉੱਥੇ ਦਰਦ ਹੋਣੀ ਉਹ ਵਰਮ ਹੈ ਸਰ ਸਾਡਾ ਮਕਸਦ ਵਰਮ ਕਹਿੰਦੇ ਵੀ ਅਸੀਂ ਉਹਨੂੰ ਹੈ ਦੂਸਰੇ ਨੂੰ ਅਸੀਂ ਦਿਖਾਉਂਦੇ ਵਰਮੇ ਆਮਾਂ ਦੇ ਨਾਂ ਤੋਂ ਲਿਖਵਾ ਦੇਣੇ ਦਸੌਲੀ ਵੀ ਇੱਕ ਵਰਮ ਹੀ ਹੈ ਉਹ ਵੀ ਤਾਂ ਉਭਾਰ ਹੈ ਲੇਕਿਨ ਉੱਥੇ ਨਵੇਂ ਟਿਸ਼ੂ ਦੀ ਗਰੋਥ ਹੋ ਪੈਂਦੀ ਇੱਥੇ ਵਰਮ ਦੇ ਵਿੱਚ ਗਰੋਥ ਹੋਰ ਤਰ੍ਹਾਂ ਦੀ ਹੈ ਨਸ਼ੋਨੁਮਾ ਹੋਰ ਤਰ੍ਹਾਂ ਦੀ ਬੜੋਤਰੀ ਹੋ ਉੱਥੇ ਬੜੋਤਰੀ ਹੋਰ ਤਰ੍ਹਾਂ ਦੀ ਨਵਾਂ ਹੀ ਜਿਸਮ ਪੈਦਾ ਹੋ ਪੈਂਦਾ ਹਾਲਾਂਕਿ ਵੀ ਨਵਾਂ ਹੈਗਾ ਲੇਕਿਨ ਇਹਦਾ ਫਰਕ ਮੈਂ ਵਜ਼ਾਹਤ ਕਰਨਾ ਸ਼ਾਇਦ ਮੈਂ ਵਾਅਦੇ ਨਹੀਂ ਕਰ ਰਿਹਾ ਤੁਸੀਂ ਉਹਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਰਸੌਲੀ ਦਾ ਤੇਰਾ ਰਸੌਲੀ ਤਸਕੀਨੀ ਵਰਮ ਹੈ ਨਾਲ ਕਿਹਨੇ ਬੋਲਿਆ پیپ کی تعریف یہ گاڑی لیسدار رطوبت ہے جس کا بلائی حصہ کچھ رقیق اور نیچے کا حصہ کثیف ہوتا ہے کبھی تمام کی تمام کثیف بلکہ بعض اوقات منجمد ہوتی ہے رنگ سفید زردی مائل کبھی سرخی مائل اور کبھی نیلگوں بھی ہوتی ہے
इसका रकीक हिस्सा अक्सर